ਕਿ ਨਹੀਂ ਕੰਮ ਚਲੀ ਸਕਿਆ, ਨਾ ਇੱਥੇ ਵਿੱਚ ਕਾਲਜ ਵਿੱਚ ਮਿਸਾਲ ਹੈ ਤਾਲਬ ਇਲਮ ਆਈ ਸਕੇ, ਅਤੇ ਨਾ ਇੱਥੇ ਟੀਚਰ ਆਈ ਸਕੇ, ਪ੍ਰੋਫੈਸਰ ਆਈ ਸਕੇ। ਮਜ਼ੀਦ ਤੁਸੀਂ ਕੀ ਤਾਂ ਦੱਸਣੇ ਆ, ਬਿਲਡਿੰਗ ਨੇ ਕਿਆ ਹਾਲ ਹਵਾਲ ਨੇ ਉਹ ਤੁਸੀਂ ਦੱਸਣੇ ਆ, ਫਿਰ ਰੇ ਨਾਲੋ ਨਾਲ ਜਲੋ ਅਤੇ ਨਾਲ ਦੱਸਣੇ ਆ ਤੁਸੀਂ। ਇਹ ਤੁਸਾਂ ਜਨਾਬ ਤੱਕੀ ਰੱਖਣੇ ਹੋ, ਇਸ ਨਾਲ ਕੋਈ ਪਤਾ ਨਹੀਂ ਇਹ ਕਿਆ ਚੀਜ਼ ਬਣਾਈ ਸੀ, ਲੇਕਿਨ ਇਹ ਝੋਣੀ ਹੈ। ਇਹ ਤੁਸਾਂ ਚੱਕ ਕਰ ਸਕਣੇ ਹੋ ਕਿ ਗੋਬਰ ਹੀ ਗੋਬਰ ਅੰਦਰ ਪਏ ਆ ਮੈਂ, ਅਤੇ ਡਰ ਹੀ ਅੰਦਰ ਲੱਗਣਾ ਮੈਂ। ਕਾਜ਼ੀ ਜੀ ਤਾਂ ਸਲਿੱਪੇ ਮਜ਼ੀਦ ਵੀ ਚੱਕ ਕਰ ਸਕਣੇ ਹੋ ਜਨਾਬ ਵਾਲਾ, ਬੜੇ ਬੜੇ ਹਾਲ ਕਮਰੇ ਇੱਥੇ ਕਿਹੜੇ ਖਾਤੇ ਵਿੱਚ ਇਹ ਗਏ ਨੇ। ਰੋਠੋਵਾ ਰਿਆਮਪੁਲ ਵਾਲੀ ਗੱਲ ਹੀ ਹੋਈ ਹੈ ਇਸਨੇ ਨਾਲ ਵੀ ਇਹਨਾਂ ਬਿਲਡਿੰਗਾਂ ਨਾਲ। ਇਹ ਵੇਖ ਸਕਦੇ ਜਨਾਬੇ ਵਾਲਾ ਇੱਥੋਂ ਜਨਾਬ ਇਹ ਦੂਸਰੀ ਬਿਲਡਿੰਗ ਮਤਲਬ ਹੈ ਸ਼ੁਰੂ ਹੋਈ ਜਾਣੀ ਹੈ। ਇਹ ਤੁਸੀਂ ਤੱਕੀ ਸਕਣੇ ਹੋ ਇੱਧਰੋਂ ਵੀ ਰਿਸੈਪਸ਼ਨ ਵਾਲਾ ਅਸਰ ਇਹ ਹੈ ਜਿਹੜਾ ਗੇਟ ਵਗੈਰਾ ਜਿੱਥੋਂ ਅੰਦਰ ਦਾਖਲ ਹੋਣੇ ਅਸੀਂ ਅਸਾਂ ਤਾਂ ਉਧਰੋਂ। ਅਸਲਾਮ ਵਾਲੇਕਮ ਜੀ, ਉਮੀਦ ਹੀ ਆ ਕਹਿਣਾ ਸਾਰੇ ਵੱਲੋਂ, ਮੈਂ ਸ਼ਕੀਲ ਚੌਧਰੀ, ਤੁਸੀਂ ਮੇਰਾ ਯੂਟਿਊਬ ਚੈਨਲ 'ਤੇ ਕੀ ਰਹੇ ਹੋ ਸ਼ਕੀਬ ਵਲੌਗ ਨਾਲ ਹੀ ਫੇਸਬੁੱਕ ਪੇਜ ਆ ਇਸਲਾਮਗੜ ਟੀ ਵੀ ਤੋਂ ਜਨਾਬ ਵਾਲੀ ਇਸਲਾਮਗੜ ਨਿਊ ਸਿਟੀ 'ਚ ਮੌਜੂਦ ਹਾਂ। ਅਤੇ ਇਹ ਜਿਹੜੀਆਂ ਤੁਸੀਂ ਬਹੁ ਵੀ ਚੈੱਕ ਕਰ ਸਕਦੇ ਹੋ ਸਰਕਾਰੀ ਬਿਲਡਿੰਗ ਇਹ ਕੋਲਜ ਨਾ, ਅਤੇ ਇੱਥੇ ਮਸਾ ਤਾਮੀਰ ਨੌ ਕੰਮ ਸੀ ਅਤੇ ਇੱਥੇ ਹੀ ਰੁਕੇ ਆ ਕੰਮ, ਅੱਗੇ ਨਹੀਂ ਕੰਮ ਚਲੀ ਸਕਿਆ, ਨਾ ਇੱਥੇ ਵਿੱਚ ਕਾਲਜ ਵਿੱਚ ਮਿਸਾਲ ਹੈ ਤਾਲਬ ਇਲਮ ਆਈ ਸਕੇ, ਅਤੇ ਨਾ ਇੱਥੇ ਟੀਚਰ ਆਈ ਸਕੇ, ਪ੍ਰੋਫੈਸਰ ਆਈ ਸਕੇ। ਮਜ਼ੀਦ ਤੁਸੀਂ ਕੀ ਤਾਂ ਦੱਸਣੇ ਆ, ਬਿਲਡਿੰਗ ਨੇ ਕਿਆ ਹਾਲ ਹਵਾਲ ਨੇ ਉਹ ਤੁਸੀਂ ਦੱਸਣੇ ਆ, ਫਿਰ ਰੇ ਨਾਲੋ ਨਾਲ ਜਲੋ ਅਤੇ ਨਾਲ ਦੱਸਣੇ ਆ ਤੁਸੀਂ। ਇਹ ਤੁਸਾਂ ਜਨਾਬ ਤੱਕੀ ਰੱਖਣੇ ਹੋ, ਇਸ ਨਾਲ ਕੋਈ ਪਤਾ ਨਹੀਂ ਇਹ ਕਿਆ ਚੀਜ਼ ਬਣਾਈ ਸੀ, ਲੇਕਿਨ ਇਹ ਝੋਣੀ ਹੈ ਵੀ ਵਿੱਚ ਤੁਸੀਂ ਵਿਜ਼ਿਟ ਕਰਾਉਣੇ ਆ ਅੰਦਰ ਕਿ ਉੱਪਰੋਂ ਛੱਤ ਝੋਣੇ ਨੇ ਪਏ, ਲੈਂਟਰ ਲੀਕ ਕਰਨੇ ਨੇ ਪਏ, ਤੁਸੀਂ ਦੱਸਣੇ ਆ ਨਾਲੋ ਨਾਲ। ਲਓ ਜਨਾਬ ਤੁਸਾਂ ਚੈੱਕ ਕਰ ਸਕਣੇ ਹੋ ਕਿ ਇਹ ਜਿਹੜੇ ਨਾ ਛੱਤ ਇਹ ਸਾਰੇ ਲੀਕ ਵਗੈਰਾ ਕਰਨੇ ਨੇ ਪਏ। ਇਹ ਰਿਹਾਇਸ਼ਗਾਹ ਇਸਲੇ ਬਣਤੀਆਂ ਨੇ, ਖੋਤੀਆਂ ਬੱਕਰੀਆਂ ਚੱਕਰੀਆਂ ਜਿਹੜੀਆਂ ਵੀ ਹਨ ਇੱਥੇ, ਇਹ ਤੁਸੀਂ ਗੋਬਰ ਚੈੱਕ ਕਰ ਸਕਣੇ ਹੋ ਇੱਥੇ। ਅਤੇ ਇੱਧਰ ਅੰਦਰ ਜੁਲੇ ਹਾਂ ਕਿ ਇੱਥੇ ਵੀ ਮੀਂਹ ਲੱਗਣਾ, ਚਮਗਾਦੜ ਅਤੇ ਤਮੂੜੀਆਂ ਇਹ ਮੀਂਹ ਲੱਗਣਾ, ਅਸੀਂ ਲੜਸਾਂ ਨੂੰ ਇੱਥੇ ਅੰਦਰ। ਇਹ ਤੋਂ ਕੋ ਕਿਤਨੀਆਂ ਕਿਤਨੀਆਂ ਸਲੈਪਾਂ ਨੀਆਂ ਇੱਥੇ ਪਈਆਂ, ਤਾਂ ਕੋ
ਕੈਸੇ ਕੈਸੇ ਖੂਬਸੂਰਤ ਇੱਥੇ ਕਮਰੇ ਬਣਤੇ ਹੋਏ ਨੇ। ਇਹ ਕਿਚਨ ਵਗੈਰਾ ਅਸੀਂ ਮਿਲਾਉਣਾ ਕਿਚਨ ਹੀ ਹੈ। ਅਤੇ ਇਹ ਦੱਸੋ ਚੱਕ ਕਰ ਸਕਦੇ ਹੋ ਕਿ ਟੋਟਲ ਜਿਹੜਾ ਇਹਦਾ ਡੰਗਰ ਮਾਲ ਜਿਹੜਾ ਅੰਦਰ ਇਹ ਵਾਸ਼ਰੂਮਾਂ ਹੈ ਅਤੇ ਤੁਸੀਂ ਤੱਕ ਸਕਣੇ ਹੋ ਅੰਦਰ। ਇਹ ਬੜਾ ਹਾਲ ਹੈ। ਇਹ ਤੁਸੀਂ ਚੱਕ ਕਰ ਸਕਦੇ ਹੋ ਕਿ ਗੋਬਰ ਹੀ ਗੋਬਰ ਅੰਦਰ ਪਏ ਆ ਵੈ ਅਤੇ ਡਰ ਹੀ ਅੰਦਰ ਲਾਉਣਾ ਵੈ। ਕਾਜ਼ੀ ਜੀ ਤਾਂ ਸਲਿਪੇ ਮਜ਼ੀਦ ਇਹਦਾ ਵੀ ਚੱਕ ਕਰ ਸਕਦੇ ਹੋ ਜਨਾਬ ਵਾਲਾ। ਬੜੇ ਬੜੇ ਹਾਲ ਕਮਰੇ ਇੱਥੇ ਕਿਹੜੇ ਖਾਤੇ ਵਿੱਚ ਇਹ ਗਏ ਨੇ। ਰੋਠੋਆ ਅਰਿਆਮਪੁਲ ਵਾਲੀ ਗੱਲ ਹੀ ਹੋਈ ਹੈ ਇਸਨੇ ਨਾਲ ਵੀ ਇਹਨਾਂ ਬਿਲਡਿੰਗਾਂ ਨਾਲ। ਇਹ ਵੇਖ ਸਕਦੇ ਹੋ ਜਨਾਬ ਵਾਲਾ ਇੱਥੋਂ ਜਨਾਬ ਇਹ ਦੂਸਰੀ ਬਿਲਡਿੰਗ ਮਤਲਬ ਹੈ ਸ਼ੁਰੂ ਹੋਈ ਜਾਣੀ ਹੈ। ਤੁਸੀਂ ਤੱਕ ਸਕਦੇ ਹੋ ਇੱਧਰੋਂ ਵੀ ਰਿਸੈਪਸ਼ਨ ਵਾਲਾ ਅਸਰ ਇਹ ਹੈ ਜਿਹੜਾ ਗੇਟ ਵਗੈਰਾ ਜਿੱਥੋਂ ਅੰਦਰ ਦਾਖਲ ਹੋਣੇ ਸਨ। ਅਸਾਂ ਤਾਂ ਉਧਰੋਂ ਉਹ ਮਤਲਬ ਹੈ ਕਮਰੇ 'ਚੋਂ ਦਾਖਲ ਹੋਈ ਆਏ ਹਾਂ। ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋ। ਜਨਾਬ ਇਹ ਅਪਲੇ ਮਤਲਬ ਟੂ ਜਿਹੜਾ ਨਾ ਬਿਲਡਿੰਗ ਵਿੱਚ ਆਈ ਗਏ ਹਾਂ। ਦੂਸਰੇ ਫਲੋਰ ਅਸੀਂ ਚੈੱਕ ਕਰ ਸਕਦੇ ਹਾਂ ਕਿ ਇਹ ਅਪੂ ਪਾਣੀ ਅਸ਼ਨੇ ਬਾਰਸ਼ੀ ਅਸੀਂ ਚੈੱਕ ਕਰ ਸਕਦੇ ਹਾਂ ਕਿਆ ਹਾਲ ਹਵਾਲ। ਫਿਰ ਝੂਲੇ ਹਾਂ ਇਸ ਤੋਂ ਉੱਪਰ ਉੱਪਰੋਂ ਹੀ ਛੱਤ ਜਿਹੜਾ ਨਾ ਸੈਮ ਕਰਨਾ ਹੀ ਪਿਆ। ਲਓ ਜਨਾਬ ਆ ਗਏ ਹਾਂ। ਤੁਸੀਂ ਚੈੱਕ ਕਰ ਸਕਦੇ ਹੋ ਕਿ ਉੱਪਰ ਇਹ ਡਬਲ ਜਿਹੜਾ ਨਾ ਛੱਤ ਪਏ ਹੋਣਾ ਇੱਕ ਲੈਂਟਰ ਬਾਈ ਦੇ ਨਾ ਉੱਪਰ ਮਿੱਟੀ ਪਾਉਣੇ ਨੇ ਫਿਰ ਉਸ ਤੋਂ ਉੱਪਰ ਜਿਹੜਾ ਨਾ ਇਹ ਚੌਕੇ ਵਗੈਰਾ ਲਾਉਣੇ ਨੇ। ਇਹਦਾ ਜਨਾਬ ਵਾਲਾ ਅਸੀਂ ਚੈੱਕ ਕਰ ਸਕਦੇ ਹਾਂ ਮੁੜੇ ਜਿਹੜਾ ਨਾ ਗਰਾਊਂਡ ਨਾ ਹੋਣੇ ਦੀ ਵਜ੍ਹਾ ਤੋਂ ਜਿਹੜਾ ਨਾ ਇੱਥੇ ਫਿਰ ਹੁਣ ਖੇਨੇ ਨਹੀਂ ਪਏ। ਔਰ ਸਾਹਮਣੇ ਵੀ ਤੱਕੀ ਤੱਕਣੀ ਇਹ ਬਿਲਡਿੰਗ ਤਕਰੀਬਨ ਤਾਮੀਰ ਸੀ ਅਤੇ ਇਸ ਨਾਲ ਵੀ ਕੋਈ ਕੰਮ ਬਾਕੀ ਸੀ ਦੀਵਾਰੀਆਂ ਦੂਰੀਆਂ ਨਾ ਦਰਵਾਜ਼ਿਆਂ ਨਾਲ ਅਤੇ ਉਹ ਪਾਰ ਜਿਹੜੀ ਹੈ ਨਾ ਉਹ ਦੁਬਾਰੇ ਬਿਲਡਿੰਗ ਤੱਕ ਸਕਣੇ ਹੋ ਕਿ ਉਹ ਤਾਂ ਬਿਲਕੁਲ ਤਾਮੀਰ ਹੋਣੀ ਸੀ ਵੀ ਛੱਤ ਵਗੈਰਾ ਪਏ ਵੀ ਨੇ ਨੀਰ ਇੱਧਰ
ਤੁਸੀਂ ਜਨਾਬ ਵਾਲਾ ਚੈੱਕ ਕਰ ਸਕਦੇ ਹੋ ਕਿ ਛੱਤਾਂ ਜਿਹੜਾ ਨਾ ਸਰੂਂਡ ਵਗੈਰਾ ਮੋਲੇ ਵੇ ਨੇ, ਇਹ ਤਾਂ ਕੀ ਨੂੰ ਉਹਨੇ ਪੱਟੇ ਨੇ, ਉਹ ਤਾਂ ਗੋਬੜਾ ਬੁੱਚੜ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਆਸ ਪਾਸ ਨੀ ਆਬਾਦੀ ਨਾਲ ਸੇ ਨਜ਼ਾਰਾ, ਉਹ ਸਾਹਮਣੇ ਬਾਹਰ ਜਿਹੜੀ ਹੈ ਕੋਠੇ ਬੈਠੀ ਹੈ। ਲਓ ਜਨਾਬ, ਇਹ ਤੁਸੀਂ ਪੂਰੀ ਬਿਲਡਿੰਗ ਨਾਲ ਨਜ਼ਾਰਾ ਕਰਾਇਆ ਹੋਇਆ, ਤੁਸੀਂ ਬਾਹੋ ਵੀ ਚੈੱਕ ਕਰ ਸਕਦੇ ਹੋ ਕਿ ਮਤਾਸਰਾ ਮੰਗਲਾ ਡੈਮ ਨੇ ਜਿਹੜੇ ਪੱਟੇ ਆਏ ਸਨ ਨਾ, ਉਹਨਾਂ ਹੀ ਬਈ ਇਹ ਸਹੂਲੀਅਤ ਮੁਯੱਸਰ ਹੋ ਸਨ ਬਾਈ, ਕਾਲਜ ਵਗੈਰਾ ਡਿਸਪੈਂਸਰੀਆਂ ਇਹ ਸਾਰਾ ਕੁਝ ਮੁਯੱਸਰ ਹੋ ਸੀ, ਲੇਕਿਨ ਇੱਥੇ ਬਿਲਡਿੰਗਾਂ ਬਿਲਕੁਲ ਨਕਾਰਾ ਪਈਆਂ ਨੇ, ਕਰੋੜਾਂ ਅਰਬਾਂ ਪੈਸੇ ਲੱਗੀ ਗਏ ਨੇ, ਲੇਕਿਨ ਇੱਥੇ ਇਹ ਆਬਾਦ ਨਹੀਂ ਹੋਈ ਚੁੱਕਿਆ। ਅਤੇ ਮਜ਼ੀਦ ਇਹ ਹੈ ਕਿ ਅਸਾਂ ਦਰਖਾਸਤ ਕਰਸਾਂ ਇੰਤਜ਼ਾਮੀਆ ਅੱਗੇ, ਹਕੂਮਤ ਅੱਗੇ, ਕਿ ਇੱਥੇ ਜਿਹੜਾ ਨਾ ਇਹਨੇ ਆਬਾਦ ਕਰੋ, ਜਿਹੜਾ ਕੰਮ ਇਹਨਾਂ ਨਾਲ ਰਹਿਣਾ ਉਹ ਇਹਨਾਂ ਨਾਲ ਕੰਮ ਤਾਮੀਰੀ ਕਰੋ, ਅਤੇ ਫਿਰ ਇੰਨਾ ਹੀ ਚਾਲੂ ਕਰੋ ਆਪਣੇ ਮਤਲਬ ਜਿਹੜਾ ਵੀ ਇਸ ਨਾਲ ਕਰਨਾ। ਮਜ਼ੀਦ ਆਪਣੀਆਂ ਦੁਆਵਾਂ ਯਾਦ ਰੱਖੇ, ਅੱਲਾ ਸੋਹਣੇ ਨਵਾਜ਼ਾ।